ਜਦੋਂ ਮਿਊਜ਼ਿਕ ਤਿਆਰ ਹੋ ਰਿਹਾ ਸੀਗਾ ਉਦੋਂ ਨਿੰਜਾ ਦੀ ਕਿੰਨੀ ਕੁ ਇਨਵੋਲਵਮੈਂਟ ਸੀਗੀ ਸਾਰੇ ਮਿਊਜ਼ਿਕ ਨੂੰ ਤਿਆਰ ਕਰਦੇ? ਮਿਊਜ਼ਿਕ ਨੂੰ ਲੈ ਕੇ ਮੇਰੀ ਇਕੱਲੇ ਦੀ ਨਹੀਂ, ਇੱਕ ਬੰਦੇ ਦੀ, ਇੱਕ ਇੱਕ ਬੰਦੇ ਦੀ ਇਨਵੋਲਵਮੈਂਟ ਸੀ, ਚਾਹੇ ਉਹ ਗੁਣਵੀਰ ਭਾਜੀ ਨੇ, ਸਨੀ ਭਾਜੀ ਨੇ ਜਾਂ ਤੇਜ ਭਾਜੀ ਨੇ, ਅਤੇ ਸਾਰੇ ਬੰਦੇ ਜਿੰਨੇ ਵੀ ਉਸ ਫੈਮਿਲੀ ਨਾਲ ਬਿਲੋਂਗ ਕਰਦੇ ਨੇ, ਹਰੇਕ ਬੰਦੇ ਦੀ ਇੱਕ ਇੱਕ ਰਿਸਪੋਂਸੀਬਿਲਿਟੀ ਸੀ ਹਰੇਕ ਚੀਜ਼ ਨੂੰ ਲੈ ਕੇ, ਕਿਉਂਕਿ ਉਹਦੇ ਵਿੱਚ ਇਹ ਨਹੀਂ ਸੀ ਵੀ ਕੰਮ ਕੀ ਦਾ, ਉਹ ਕੰਮ ਸਾਡਾ ਆਪਣਾ ਸੀਗਾ, ਅਤੇ ਉਹ ਚੀਜ਼ ਮੇਰੀ ਇਨਵੋਲਵਮੈਂਟ ਤਾਂ ਸੀਗੀ ਕਿਉਂਕਿ ਮੇਰੇ 'ਤੇ ਰਿਸਪੋਂਸੀਬਿਲਿਟੀ ਛੱਡੀ ਹੋਈ ਸੀ ਸਾਰਿਆਂ ਨੇ ਵੀ ਤੂੰ ਕਰਕੇ ਦੇਣਾ, ਬਾਅਦ 'ਚ ਅਸੀਂ ਦੇਖਦੇ ਹਾਂ, ਕਿਉਂਕਿ ਮੇਰਾ ਇੱਕ ਮੇਰਾ ਫਸਟ ਸਟੈਪ ਇਹ ਸੀ ਮੈਂ ਪਹਿਲਾਂ ਬਣਾਵਾਂ ਸੁਣਾਵਾਂ, ਜੇ ਨਹੀਂ ਪਸੰਦ ਆਉਂਦਾ ਫਿਰ ਦੁਬਾਰਾ ਬਣਾਵਾਂ, ਪਰ ਉਹ ਜਿਹੜੀ ਮੇਰੀ ਫਸਟ ਅਟੈਂਪਟ ਸੀਗੀ ਉਹ ਸਾਰਿਆਂ ਨੂੰ ਬਹੁਤ ਪਸੰਦ ਆਈ, ਉਹ ਮੈਂ ਆਪਣੇ ਆਪ ਨੂੰ ਬਲੈਸਡ ਮੰਨਦਾ ਵੀ ਬਹੁਤੀ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਹਾਂ, ਲਿਰਿਕਸ ਲੱਭਣ ਦੇ ਵਿੱਚ, ਮਿਊਜ਼ਿਕ ਕ੍ਰੀਏਟੀਵਿਟੀ ਦੇ ਵਿੱਚ ਟਾਈਮ ਤਾਂ ਲੱਗਦਾ, ਪਰ ਉਸ ਹੱਦ ਤੱਕ ਨਹੀਂ ਜਾਣਾ ਪਿਆ, ਬਹੁਤ ਈਜ਼ੀ ਸਾਨੂੰ ਸਾਰਾ ਕੁਛ ਮਿਲ ਗਿਆ, ਅਤੇ ਉਸ ਵਾਹਿਗੁਰੂ ਦਾ ਸ਼ੁਕਰ ਹੀ ਕਰਦੇ ਹਾਂ ਜੀ, ਜਿੰਨਾ ਸ਼ੁਕਰ ਕਰੀਏ ਉਹਨਾਂ ਥੋੜ੍ਹਾ ਵੀ ਜਿਨ੍ਹਾਂ ਨੇ ਸਾਨੂੰ ਇੰਨੀ ਸਮੱਤ ਬਖਸ਼ੀ ਵੀ ਅਸੀਂ ਚੰਗੇ ਮਿਊਜ਼ਿਕ ਨੂੰ, ਚੰਗੇ ਲਿਰਿਕਸ ਨੂੰ ਸੋਚ ਕੇ ਜਾਂ ਪ੍ਰੈਜੈਂਟ ਕਰਨਾ ਤਾਂ ਉਹ ਚੰਗਾ ਲੱਗੂਗਾ ਕਿ ਨਹੀਂ ਲੱਗੂਗਾ, ਬਲੈਸ ਨਹੀਂ ਹੈ ਜੀ, ਹੋਰ ਤਾਂ ਕੁਛ ਨਹੀਂ ਕਹਿ ਸਕਦੇ। ਅੱਛਾ, ਜਿਹੜੇ ਤੁਹਾਡੇ ਅੱਜ ਕੱਲ੍ਹ ਲਾਈਵ ਸ਼ੋਅ ਹੋ ਰਹੇ ਹੈ, ਉਹ ਲਾਈਵ ਸ਼ੋਅ ਦੇ ਵਿੱਚ ਜਿਵੇਂ ਗਾਣਾ ਹੈਗਾ ਤੁਹਾਡਾ ਅੱਖੀਆਂ ਵਿੱਚ ਵਸਦੇ ਆ ਸੱਜਣਾ, ਹੈ ਨਾ, ਅਤੇ ਉਹ ਤਾਂ ਫੀਮੇਲ ਨਾਲ ਗਾਇਆ, ਤੁਸੀਂ ਆਪ ਵੀ ਆਪਣੇ ਲਾਈਵ ਸ਼ੋਅ ਦੇ ਵਿੱਚ? ਮੈਂ ਇਕੱਲਾ ਹੀ ਗੱਲ ਨਹੀਂ, ਲੋਕਾਂ ਦਾ ਗਾਣਾ ਜੀ, ਲੋਕਾਂ ਦਾ ਗਾਣਾ, ਇਹ ਨਹੀਂ ਮੁੜ ਕੇ ਇਹ ਨਹੀਂ ਰਹਿੰਦਾ ਜਦੋਂ ਰਿਲੀਜ਼ ਹੋ ਜਾਂਦਾ ਉਦੋਂ ਇਹ ਨਹੀਂ ਕਹਿੰਦੇ ਵੀ ਨਿੰਜੇ ਦਾ ਗਾਣਾ, ਅਤੇ ਜਦੋਂ ਨਿੰਜਾ ਪਰਫੋਰਮ ਕਰੂਗਾ ਤਾਂ ਉਹਨਾਂ ਦੀ ਡਿਮਾਂਡ ਨੂੰ ਰੱਖ ਕੇ ਪਰਫੋਰਮ ਕਰਨਾ ਪੈਂਦਾ, ਜੇ ਉਹ ਨਾਰਾਜ਼ ਨੇ ਤਾਂ ਫਿਰ ਸ਼ੋਅ ਤਾਂ ਫਲੋਪ ਹੈ ਨਾ, ਜੇ ਉਹ ਹਿੱਟ, ਜੇ ਉਹ ਖੁਸ਼ ਨੇ ਤਾਂ ਮੈਂ ਆਪਣੇ ਆਪ ਖੁਸ਼ ਹਾਂ, ਇਹ ਚੀਜ਼ ਅਤੇ ਉਹ ਚਾਹੇ ਫੀਮੇਲ ਹੈ ਚਾਹੇ ਉਹ ਮੇਲ ਹੈ, ਉਹ ਮੈਨੂੰ ਆਪ ਹੀ ਕਰਨਾ ਪੈਣਾ ਅਤੇ ਮੈਂ ਆਪ ਕਰਦਾ ਵੀ, ਉਹਦੇ ਵਿੱਚ ਮੈਨੂੰ ਕੋਈ ਹਿਚਕਚਾਹਟ ਵੀ ਹੈ। ਵਾਕਈ ਇਹ ਦੂਜਾ ਗਾਣਾ ਇਹ ਜਿਹੜਾ ਦਿਲਾਂ ਤੱਕ ਅਸਰ ਕਰਦਾ, ਅਤੇ ਮੈਂ ਚਾਹਦਾ ਸੀਗਾ ਇਹਦੇ ਵੀ ਦੋ ਬੋਲ। ਇਹ ਇਸ ਗਾਣੇ ਨੂੰ ਲਿਖਿਆ ਹੈਪੀ ਰਾਏ ਕੋਟੀ ਵੀਰੇ ਨੇ, ਅਤੇ ਜੈਦੇਵ ਜੀ ਨੇ ਮਿਊਜ਼ਿਕ ਕੀਤਾ, ਉਹ ਆਪਣੇ ਆਪ 'ਚ ਬਹੁਤ ਵੱਡੇ ਲੈਜੈਂਡ ਨੇ, ਅਤੇ ਉਹਨਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ, ਅਤੇ ਮੈਂ ਦੋ ਲਾਈਨਾਂ ਸ਼ੇਅਰ ਕਰਦਾ ਜੀ। ਅੱਖੀਆਂ ਵਿੱਚ ਵਸਦੇ ਆ ਸੱਜਣਾ, ਤੇਰੇ ਮੈਂ ਦਿਲ ਵਿੱਚ ਰਹਿਣਾ, ਅੱਲੜ ਦੀ ਜਾਨ ਲਟਕਦੀ ਹੱਲ ਕੋਈ ਕਰਨਾ ਹੀ ਪੈਣਾ, ਤੇਰੇ ਥੋੜੇ ਹੋਰ ਇਰਾਦੇ ਟਾਲੀ ਨਾ ਗੱਲੀ ਵੇ, ਤੇਰੇ ਨਾਲ ਜੀਣਾ ਸੱਜਣਾ ਮਰ ਤਾਂ ਜਾਉ ਕੱਲੀ ਵੇ, ਤੇਰੇ ਨਾਲ ਜੀਣਾ ਸੱਜਣਾ। ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਅੱਛਾ, ਸਿਰਫ ਜਾਂਦੇ ਜਾਂਦੇ ਮੈਂ ਇੱਕ ਖਾਸ ਗੱਲ ਇਹ ਵੀ ਕਰਨੀ ਹੈਗੀ ਹੈ ਕਿ ਨਿੰਜਾ ਬਾਈ, ਇਸ ਫਿਲਮ ਦੇ ਵਿੱਚ ਬਹੁਤ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ, ਇਕੱਲੀ ਇੱਕ ਚੀਜ਼ ਦੀ, ਇਕੱਲਾ ਰੋਮਾਂਸ ਨਹੀਂ ਹੈਗਾ, ਬਹੁਤ ਚੀਜ਼ਾਂ ਨੇ, ਅਤੇ ਕਿਹੜੇ ਕਿਹੜੇ ਮਸਾਲੇ, ਜੇ ਮੈਂ ਤੁਹਾਡੇ ਮੁੱਖ ਤੋਂ ਜਾਣਨਾ ਚਾਹਾਂ, ਕਿਹੜੇ ਕਿਹੜੇ ਮਸਾਲੇ ਇਸ ਦੇ ਵਿੱਚ ਨੇ ਰੋਮਾਂਸ ਤੋਂ ਇਲਾਵਾ? ਨਹੀਂ, ਇਹਦੇ 'ਚ ਜਿਵੇਂ ਮੈਂ ਕਮਰਸ਼ੀਅਲ ਤੌਰ 'ਤੇ ਕਹਾਂ, ਮਸਾਲਾ ਕੋਈ ਨਹੀਂ, ਇਹਦੇ ਵਿੱਚ ਹਰੇਕ ਚੀਜ਼ ਦੀ ਆਪਣੀ ਫੀਲ ਆ, ਇੱਕ ਚੀਜ਼ ਦੀ ਸੱਚਾਈ ਆ ਹਰੇਕ ਚੀਜ਼ ਨੂੰ ਲੈ ਕੇ, ਕਿਉਂਕਿ ਕਮਰਸ਼ੀਅਲੀ ਮੈਂ ਤੁਹਾਨੂੰ, ਹਾਂ ਮੈਂ ਉਹੀ ਚੀਜ਼ ਕਹਿ ਰਿਹਾ, ਜੇ ਰੋਮਾਂਸ ਹੈ ਤਾਂ ਉਹ ਇੱਕ ਰੋਮਾਂਸ ਵਾਕਈ ਲੱਗੂਗਾ ਤੁਹਾਨੂੰ, ਜੇ ਉਹਦੇ ਵਿੱਚ ਕੁਛ ਇੰਟੈਂਸ ਆ ਜਾਂ ਕੁਛ ਮਤਲਬ ਕਿਸੇ ਨੂੰ ਖੋਣ ਦਾ ਡਰ ਆ ਤਾਂ ਲੱਗੂਗਾ ਤੁਹਾਨੂੰ, ਤੂੰ ਸਾਨੂੰ ਫੀਲ ਕਰਾਇਆ ਜਾਊਗਾ ਨਹੀਂ ਯਾਰ ਇਹ ਵਾਕਈ ਉਹਦੀ ਜ਼ਿੰਦਗੀ 'ਚ ਕੁਛ ਚੱਲਣਾ ਤਾਂ ਕਰਕੇ ਉਹ ਇੰਨਾ ਰੋ ਰਿਹਾ ਜਾਂ ਇੰਨਾ ਪਿੱਛੇ ਭੱਜ ਰਿਹਾ, ਅਤੇ ਹਰੇਕ ਚੀਜ਼ ਦੀ ਇੱਕ ਵੈਲਿਊ ਰੱਖੀ ਹੋਈ ਆ ਮੂਵੀ ਦੇ ਵਿੱਚ, ਅਤੇ ਉਹ ਵੈਲਿਊ ਹੈ ਜਿਹੜੀ ਤੁਹਾਨੂੰ 14 ਜੁਲਾਈ ਨੂੰ ਤੁਸੀਂ ਪਾਉਣੀ ਆ, ਸਾਡੀ ਜਿਹੜਾ ਮੁੱਲ ਹੈ ਉਹ ਤੁਸੀਂ ਪਾਉਣਾ ਮਿਹਨਤ ਦਾ, ਅਤੇ ਮੈਂ ਵੇਟ ਕਰੂੰਗਾ ਤੁਹਾਡੀ ਸਾਰਿਆਂ ਦੀ ਵੀ ਤੁਸੀਂ 14 ਜੁਲਾਈ ਨੂੰ ਮੂਵੀ ਦੇਖੋ, ਅਤੇ ਮੈਂ ਇੱਕ ਹੋਰ ਇੱਥੇ ਮੈਂ ਭਾਅ ਜੀ ਅਨਾਊਂਸ ਕਰਨ ਲੱਗਿਆ ਵੀ ਮੈਂ ਆਪ ਖੁਦ ਥੀਏਟਰਸ ਦੇ ਵਿੱਚ ਵਿਜ਼ਿਟ ਕਰੂੰਗਾ, ਅਤੇ ਆਪਣੇ ਫੈਨਸ ਨਾਲ ਬਹਿ ਕੇ ਛੇਤੀ ਅਨਾਊਂਸ ਕਰਾਂਗੇ ਵੀ ਕਿੱਥੇ ਅਸੀਂ ਬਹਿ ਕੇ ਅਸੀਂ ਇਕੱਠੇ ਵੀ ਮੂਵੀ ਦੇਖ ਰਹੇ, ਮੈਂ ਉੱਥੇ ਬਹਿ ਕੇ ਉਹਨਾਂ ਨਾਲ ਵਿਜ਼ਿਟ ਕਰਾਂਗਾ। ਕੀ ਬਾਤ ਹੈ, ਬਹੁਤ ਬਹੁਤ ਵਧੀਆ, ਇਹ ਚੀਜ਼ ਚਾਹੀਦੀ ਵੀ ਹੈਗੀ ਹੈ, ਕਹਿੰਦਾ ਤੁਸੀਂ ਉਹਨਾਂ ਲਈ ਹੈ ਤੁਹਾਡਾ ਪਿਆਰ, ਉਹਨਾਂ ਲਈ ਹੈ ਉਹਨਾਂ ਕੋਲ ਤੁਹਾਡਾ ਪਿਆਰ, ਬਿਲਕੁਲ ਬਿਲਕੁਲ। ਅੱਛਾ ਸਰ, ਉਹ ਜਾਂਦਿਆਂ ਦੀ ਇੱਕ ਹੋਰ ਖਾਸ ਗੱਲ, ਮੂਵੀ 'ਚ ਤੁਹਾਡੀ ਬੋਡੀ ਬੜੀ ਟੋਨਡ ਹੈ, ਐਨ ਫਿੱਟ ਬੋਡੀ, ਇਹ ਹੁਣ ਫਿਰ ਦੁਬਾਰਾ ਖਾਣਾ ਪੀਣਾ ਜਾਂ ਫੈਟ ਲੱਗ ਗਈ ਤੁਹਾਨੂੰ, ਕੀ ਚੱਕਰ ਹੈ? ਫੈਟ ਤਾਂ ਪਤਾ ਕੀ ਚੱਕਰ ਹੈ ਭਾਅ ਜੀ, ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰਦਾ, ਜਦੋਂ ਸ਼ਾਰਟ ਮੈਂ ਪਾਣੀ ਪਾ ਰਿਹਾ ਸਿਰ ਦੇ ਉੱਤੇ ਤਾਂ ਮੈਨੂੰ ਉੱਥੇ ਮੈਸ ਥੱਲੇ ਮੈਸੇਜ ਆ ਰਿਹਾ ਵੀ ਭਾਅ ਜੀ ਨਕਲੀ ਐਪਸ ਜੇ ਵੋ, ਅਤੇ ਮੈਂ ਐਕਚੁਲੀ ਲਾਈਵ ਸ਼ੋਅ ਵੀ ਗਾਉਣਾ, ਅਤੇ ਉਹ ਜਿਹੜੀ ਉਹ ਇੱਕ ਹੁੰਦੀ ਹੈ ਤਪੱਸਿਆ, ਜਿਹੜੀ ਐਪਸ ਦੀ ਤਪੱਸਿਆ, ਉਹਦੇ ਵਿੱਚ ਬਿਲਕੁਲ ਜ਼ੀਰੋ ਤੁਹਾਨੂੰ ਚੱਲਣਾ ਪੈਂਦਾ ਵਰਲਡ ਜੇ ਵੋ, ਔਰ ਜੇ ਮੈਂ ਲਾਈਵ ਸ਼ੋਅਜ਼ ਦੇ ਵਿੱਚ ਆਪਣੀ ਉਹ ਐਨਰਜੀ ਨਾ ਦਿਖਾਵਾਂ ਤਾਂ ਨਿੰਜਾ ਫਲੋਪ ਹੈ, ਅਤੇ ਉਹਦੇ ਲਈ ਮੈਨੂੰ ਕੁਛ ਨਾ ਕੁਛ ਇਨਟੇਕ ਕਰਨਾ ਪੈਣਾ, ਅਤੇ ਉਹ ਫਿਰ ਉਹ ਥੋੜ੍ਹਾ ਜਿਹਾ ਉਦੋਂ ਮੈਂ ਲੀਨੈਂਟ ਹੋ ਜਾਂਦਾ ਆਪਣੇ ਆਪ 'ਤੇ ਵੀ ਚਲੋ ਕੋਈ ਨਹੀਂ ਹੁਣ ਖਾ ਪੀ ਲੈ, ਜਦੋਂ
ਮੈਂ ਗਰਾਊਂਡ ਤੇ ਉਤਰੂੰਗਾ ਉਦੋਂ ਮੈਂ ਆਪਣੇ ਆਪ ਆਪਣੇ ਆਪ ਨੂੰ ਕੰਟਰੋਲ ਕਰ ਲਊਗਾ। ਇਹ ਮੇਰਾ ਵਾਅਦਾ ਵੀ ਮੈਂ ਐਪਸ ਲੈ ਕੇ ਉਤਰੂੰਗਾ ਜੀ, ਬਹੁਤ ਵਧੀਆ, ਤੇ ਮੈਂ ਉਹ ਐਪਸ ਲੈ ਕੇ ਉਤਰੂੰਗਾ, ਮੇਰਾ ਵਾਅਦਾ ਤੁਹਾਡੇ ਨਾਲ, ਤੇ ਨਿਰਾਸ਼ ਨਹੀਂ ਹੋਣ ਦਿੰਦਾ ਮੈਂ ਤੁਹਾਨੂੰ ਕਿਸੇ। ਵੈਰੀ ਨਾਈਸ। ਅਗਰ ਸਿਰਫ ਜਾਂਦੇ ਜਾਂਦੇ, ਕਿਉਂਕਿ ਤੁਹਾਡਾ ਕੈਰੈਕਟਰ ਇਸ 'ਚ ਇੱਕ ਰੋਮੈਂਸ ਵਾਲਾ ਕੈਰੈਕਟਰ ਹੈਗਾ, ਅਗਰ ਮੈਂ ਬਾਲੀਵੁੱਡ ਦੇ ਇੱਕ ਐਸੇ ਹੀਰੋ ਦੀ ਗੱਲ ਕਰਾਂ ਜਿਹਨੇ ਸਭ ਤੋਂ ਜ਼ਿਆਦਾ ਛਾਪ ਛੱਡੀ ਹੈ ਨਿੰਜਾ ਦੇ ਦਿਮਾਗ ਦੇ ਉੱਤੇ ਰੋਮੈਂਸ ਦੇ ਵਿੱਚ, ਤਾਂ ਉਹ ਕਿਹੜਾ ਹੋਊਗਾ? ਓਬਵੀਅਸਲੀ ਸ਼ਾਹਰੁਖ ਖਾਨ ਹੈ, ਵਾਕਈ ਕਿੰਗ ਆਫ ਰੋਮਾਂਸ, ਅਤੇ ਕਿਉਂਕਿ ਮੈਂ ਸਟਾਈਲ ਨੂੰ ਬਹੁਤ ਪਸੰਦ ਕਰਦਾ ਉਹਨਾਂ ਦੇ, ਅਤੇ ਜੇ ਕੋਮੇਡੀ ਦੀ ਗੱਲ ਕਰੀਏ, ਹਰੇਕ ਸੈਕਟਰ ਦੇ ਵਿੱਚ, ਹਰੇਕ ਜ਼ੋਨ ਦੇ ਵਿੱਚ ਆਪਣਾ ਆਪਣਾ ਇੱਕ ਕਿਰਦਾਰ ਬੰਦੇ ਦੇ ਦਿਮਾਗ ਦੇ ਵਿੱਚ ਹੁੰਦਾ ਵੀ ਜਦੋਂ ਮੈਂ ਕੋਮੇਡੀ ਕਰਨੀ ਆ ਤਾਂ ਮੈਂ ਉਹਨਾਂ ਨੂੰ ਦੇਖ ਕੇ ਕਰਨੀ ਆ, ਜਦੋਂ ਮੈਂ ਕੋਈ ਅਗਰੈਸਿਵ ਹਾਂ ਜਾਂ ਮੈਂ ਇੰਟੈਂਸ ਹਾਂ ਤਾਂ ਮੈਂ ਕੁਛ ਉਹ ਸੋਚ ਕੇ ਕਰਨਾ। ਇੰਟੈਂਸ ਰੱਬ ਵੱਲੋਂ ਮੇਰੇ ਵਿੱਚ ਬਥੇਰਾ, ਕਿਉਂਕਿ ਰੱਬ ਨੇ ਪਹਿਲਾਂ ਹੀ ਬਹੁਤ ਹਾੜੇ ਕਢਾਏ ਨੇ ਜ਼ਿੰਦਗੀ ਦੇ ਵਿੱਚ ਇੱਥੇ ਤੱਕ ਪਹੁੰਚਣ ਵਾਸਤੇ, ਅਤੇ ਉਹ ਚੀਜ਼ ਉਦੋਂ ਰੋਂਦੇ ਰੋਂਦੇ ਇੰਨੀ ਪ੍ਰੈਕਟਿਸ ਹੋ ਗਈ, ਅੱਜ ਕੱਲ੍ਹ ਇੱਥੇ ਕੰਮ ਆ ਰਹੀ ਹੈ। ਅੱਛਾ ਅੱਛਾ ਨਿੰਜਾ ਭਾਈ, ਮੇਰੀ ਉਮੀਦ ਹੈ, ਮੇਰੀ ਇੱਕ ਤਮੰਨਾ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਾ ਤੁਹਾਡੀ ਜੋੜੀ ਬਿਲਕੁਲ ਮੰਨੀ ਜਾਵੇ ਰੋਮੈਂਸ ਦੇ ਵਿੱਚ, ਕਿ ਨਿੰਜਾ ਅਤੇ ਪਾਇਲ ਦੀ ਜੋੜੀ, ਅਤੇ ਜੇ ਮੈਂ ਬਾਲੀਵੁੱਡ ਦੀ ਬੈਸਟ ਜੋੜੀ ਦੀ ਗੱਲ ਕਰਾਂ ਤਾਂ ਕੀ ਕਿਹੜੀ ਜੋੜੀ ਨੂੰ ਮੰਨੋਗੇ ਬਾਲੀਵੁੱਡ 'ਚ ਜਿਹੜੀ ਤੁਹਾਨੂੰ ਬੈਸਟ ਲੱਗਦੀ? ਦੇਖੋ ਸਪੈਸ਼ਲੀ ਸ਼ਾਹਰੁਖ ਭਾਜੀ ਔਰ ਕਾਜਲ, ਸ਼ਾਹਰੁਖ ਅਤੇ ਕਾਜਲ, ਅਤੇ ਉਹ ਉਹਨਾਂ ਤੋਂ ਵੱਡੇ, ਉਹਨਾਂ ਤੋਂ ਵਧੀਆ ਕੋਈ ਤੋੜ ਹੀ ਨਹੀਂ, ਕੋਈ ਤੋੜ ਨਹੀਂ ਹੋ ਰਿਹਾ, ਚਾਹੇ ਦਿਲ ਡੀ ਡੀ ਐਲ ਜੇ ਹੈ, ਚਾਹੇ ਕੁਛ ਕੁਛ ਹੋਤਾ ਹੈ, ਕੋਈ ਵੀ ਫਿਲਮ ਲਾ ਲਓ ਤੁਸੀਂ, ਅਤੇ ਫਿਰ ਉਹ ਇੱਕ ਕਮਿਸਟਰੀ ਤਾਂ ਫਿਰ ਦਿਖਦੀ ਹੈ ਨਾ ਅੱਜ ਤੱਕ, ਜੇ ਅੱਜ ਦਿਲ ਵਾਲੇ ਵੀ ਅੱਜ ਆਈ ਆ ਤਾਂ ਉਹਦੇ ਵਿੱਚ ਵੀ ਕਮਿਸਟਰੀ ਦਿਖਦੀ ਹੈ ਉਹਨਾਂ ਦੀ, ਅਤੇ ਉਹ ਜਿਹੜਾ ਇੱਕ ਅੰਦਰੂਨੀ ਇੱਕ ਚੀਜ਼ ਹੁੰਦੀ ਆ ਹਮੇਸ਼ਾ ਇੱਕ ਆਰਟਿਸਟ ਦੇ ਵਿੱਚ, ਉਹ ਕਈ ਵਾਰੀ ਇੱਕ ਤਾਰ ਹੁੰਦੀ ਹੈ ਜਿਹੜੀ ਕਨੈਕਟ ਹੁੰਦੀ ਆ, ਅਤੇ ਉਹ ਵੇਟ ਹੁੰਦੀ ਆ ਹਰੇਕ ਬੰਦੇ ਨੂੰ ਵੀ ਪਤਾ ਨਹੀਂ ਕਦੋਂ ਕਨੈਕਟ ਹੋਊਗੀ, ਅਤੇ ਉਹ ਜਿਹੜੀ ਉਹਨਾਂ ਦੀ ਕਨੈਕਟ ਹੋਈ ਆ, ਅਤੇ ਹੁਣ ਜਿਹੜੀ ਸਾਡੀ ਕਨੈਕਟ ਤੁਸੀਂ ਕਰਨੀ ਆ ਉਹ 14 ਜੁਲਾਈ ਨੂੰ ਪਤਾ ਲੱਗੂਗੀ। ਬਾਕੀ ਟੱਚ ਵੁੱਡ ਮੈਂ ਦੁਆ ਕਰਦਾ ਵੀ ਜਿਹੜੇ ਤੁਹਾਡੇ ਮੁੱਖ ਚੋਂ ਨਿਕਲੇ ਬੋਲ ਨੇ ਸਾਡੇ ਲਈ ਸ਼ਾਇਦ ਅਸਰ ਕਰਨਗੇ ਜੀ। ਵਾਕੇ ਵਾਕੇ ਵਾਕੇ, ਕਿਰਪਾ ਰਵੇ ਹਮੇਸ਼ਾ ਵਾਹਿਗੁਰੂ ਦੀ ਤੁਹਾਡੀ ਤੁਹਾਡੀ ਲਗਨ ਦੇ ਉੱਤੇ, ਤੁਹਾਡੀ ਮਿਹਨਤ ਦੇ ਉੱਤੇ, ਸਾਡੇ ਵੱਲੋਂ ਸ਼ੁਭਕਾਮਨਾਵਾਂ। ਸ਼ੁਕਰੀਆ ਜੀ, ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਜੱਸੀ ਭਾਈ ਤੁਹਾਡਾ ਸਪੈਸ਼ਲੀ, ਔਰ ਮਾਇਆ ਫਿਲਮ ਦਾ। ਮੈਂ ਦੁਆ ਕਰਦਾ ਵੀ ਇੱਦਾਂ ਹੀ ਤੁਸੀਂ ਸਾਡੇ ਵਰਗਿਆਂ ਨੂੰ ਪੇਸ਼ ਕਰਦੇ ਰਹੋ, ਅਤੇ ਸਾਡੇ ਲਈ, ਤੁਹਾਡੇ ਲਈ ਸਾਡੇ ਦਿਲੋਂ ਦੁਆ ਹੀ ਹੈ ਜੀ ਹਮੇਸ਼ਾ। ਓਕੇ ਜੀ, ਲਓ ਜੀ, ਨਾਲ ਦੀ ਨਾਲ ਬਿਹਤਰੀਨ ਗਾਣਿਆਂ ਨੂੰ ਮਾਣਦੇ ਰਹੋ, ਜੀਓ ਦਿਲ ਸੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਮੂਡੀਜ਼ ਫੋਟੋਗ੍ਰਾਫੀ ਐਂਡ ਪ੍ਰੋਡਕਸ਼ਨਸ ਦੇ ਵੱਲੋਂ ਇਹ ਵੀਡੀਓ ਹਾਜ਼ਰ ਹੈ ਜੀ ਤੁਹਾਡੇ ਲਈ, ਔਰ ਤਾਂਗ ਹੁੰਦੀ ਹੈ, ਦਿਲ ਦੀ ਇੱਛਾ ਹੁੰਦੀ ਹੈ ਕਿ ਫਨਕਾਰ ਦੇ ਨਾਲ ਜੁੜੀਆਂ ਐਸੀਆਂ ਗੱਲਾਂ ਉਹਦੇ ਦਿਲ ਦੇ ਨੇੜੇ ਅਸੀਂ ਪਹੁੰਚ ਸਕੀਏ, ਦਿਲ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚ ਸਕਣ। ਚੰਗੀਆਂ ਲੱਗੀਆਂ ਹੋਣ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ ਇਸ ਚੈਨਲ ਨੂੰ, ਔਰ ਕਮੈਂਟਸ ਦੇ ਵਿੱਚ ਆਪਣੇ ਦਿਲ ਦੀ ਗੱਲ ਜ਼ਰੂਰ ਜ਼ਾਹਿਰ ਕਰਿਓ ਜੀ। ਥੈਂਕ ਯੂ ਸੋ ਮੱਚ।